असलाकुम मित्रों, मेरा नाँ है मज़रुला कुरैशी तोख रहे जे पी एफ जी न्यूज़ इस्लामी जमुरी ईरान नाल तजारत करन वास्ते असी अपनी प्रोडक्ट न कि कानूनी तौर पर एक्सपोर्ट करिए बारे इस भीडियो तो मुकम्मल जानकारी दी जाएगी तो यीडियो आखिर ती जरूर तकना ताकि मुकम्मल जानन हो सके ਪਾਕਿਸਤਾਨ ਤੋਂ ਆਪਣਾ ਮਾਲ ਈਰਾਨ ਐਕਸਪੋਰਟ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਪਵੇਗਾ ਤੇ ਇਸ ਵਾਸਤੇ ਸਾਨੂੰ ਆਪਣੀ ਕੰਪਨੀ ਦਾ ਨਾਂ ਕਿੰਜ ਦਾ ਰੱਖਣਾ ਹੋਵੇਗਾ ਅਸੀਂ ਆਪਣੀ ਕੰਪਨੀ ਦਾ ਨਾਂ ਇੰਜ ਦਾ ਰੱਖੀਏ ਕਿ ਜਿਸ ਤੋਂ ਸਾਡੇ ਗਾਹਕਾਂ ਅਤੇ ਆਮ ਲੋਕਾਂ ਨੂੰ ਇਹ ਪਤਾ ਚੱਲ ਸਕੇ ਕਿ ਅਸੀਂ ਕੰਮ ਕੀ ਕਰਦੇ ਹਾਂ ਯਾਨੀ ਅਸੀਂ ਕਿਹੜੀ ਪ੍ਰੋਡਕਟ ਨੂੰ ਡੀਲ ਕਰ ਰਹੇ ਹਾਂ ਮਿਸਾਲ ਦੇ ਤੌਰ ਤੇ ਮੈਂ ਇੱਕ ਕੰਪਨੀ ਬਣਾਈ ਤੇ ਉਸ ਦਾ ਨਾਂ ਰੱਖਿਆ ਪੀ ਐਫ ਜੀ ਫਿਰ ਮੈਂ ਇਸ ਨਾਂ ਦੇ ਨਾਲ ਸਪੋਰਟਸ ਦਾ ਲਫ਼ਜ਼ ਲਾ ਦਿੱਤਾ ਯਾਨੀ ਪੀ ਐਫ ਜੀ ਸਪੋਰਟਸ ਹੁਣ ਤੁਹਾਨੂੰ ਮੇਰੇ ਕੰਮ ਬਾਰੇ ਬਿਨਾਂ ਪੁੱਛਿਆ ਪਤਾ ਚੱਲ ਗਿਆ ਕਿ ਮੇਰੀ ਕੰਪਨੀ ਸਪੋਰਟਸ ਆਈਟਮ ਨੂੰ ਡੀਲ ਕਰ ਰਹੀ ਹੈ ਇਸੇ ਤਰ੍ਹਾਂ ਕੰਪਨੀ ਦੇ ਨਾਂ ਤੋਂ ਉਹਦੇ ਕੰਮਾਂ ਦੀ ਪਹਿਚਾਨ ਹੁੰਦੀ ਹੈ ਹੁਣ ਸਾਨੂੰ ਇਹ ਕੰਪਨੀ ਰਜਿਸਟਰਡ ਕਿੱਥੇ ਕਰवानी ਹੈ ਇਸ ਰੱਖੇ ਦੇ ਨਾਮ ਵਾਲੀ ਕੰਪਨੀ ਨੂੰ ਅਸੀਂ ਆਪਣੇ ਸ਼ਹਿਰ ਵਿੱਚ ਮੌਜੂਦ ਚੈਂਬਰ ਆਫ ਕਾਮਰਸ ਦੇ ਦਫ਼ਤਰ ਜਾ ਕੇ ਰਜਿਸਟਰ ਕਰवानी ਆ ਇਸ ਲਈ ਸਾਨੂੰ ਚੈਂਬਰ ਦੇ ਮੁਤਲਕਾ ਸ਼ੋਬੇ ਵਿੱਚ ਜਾ ਕੇ ਇੱਕ ਫਾਰਮ ਲੈਣਾ ਹੋਵੇਗਾ ਜਿਸ ਦਾ ਨਾਮ ਹੈ ਐਪਲੀਕੇਸ਼ਨ ਫਾਰ ਚੈਕਿੰਗ ਆਫ ਅਵੇਲੇਬਿਲਟੀ ਆਫ ਫਰਮ ਨੇਮ ਇਸ ਫਾਰਮ ਨੂੰ ਪੁਰ ਕਰਕੇ ਅਪਰੂਵਲ ਵਾਸਤੇ ਜਮ੍ਹਾਂ ਕਰਵਾਉਣਾ ਹੋਵੇਗਾ ਜਿਹੜੇ 1-2 ਦਿਨਾਂ ਵਿੱਚ ਹੋ ਜਾਂਦਾ ਹੈ ਇਸ ਚੈਕਿੰਗ ਯਾਨੀ ਅਪਰੂਵਲ ਫਾਰਮ ਦੀ ਫੀਸ ਤਕਰੀਬਨ 2000 ਰੁਪਏ ਹੁੰਦੀ ਹੈ ਜਦੋਂ ਸਾਡੀ ਕੰਪਨੀ ਦਾ ਨਾਮ ਅਪਰੂਵ ਹੋ ਗਿਆ ਤੇ ਹੁਣ ਸਾਨੂੰ ਚੈਂਬਰ ਦੀ ਮੈਂਬਰਸ਼ਿਪ ਵਾਸਤੇ ਅਪਲਾਈ ਕਰਨਾ ਹੁੰਦਾ ਹੈ ਉਸ ਦਾ ਇੱਕ ਅਲੱਗਾ ਫਾਰਮ ਮਿਲਦਾ ਹੈ ਜਿਸ ਦੀ ਫੀਸ ਤਕਰੀਬਨ 3500 ਰੁਪਿਆ ਹੁੰਦੀ ਹੈ ਮੈਂ ਇਥੇ ਇੱਕ ਗੱਲ ਦੀ ਦੱਸ ਪਾਉਂਦਾ ਜਾਵਾਂ ਕਿ ਇਹਨਾਂ ਫਾਰਮਾਂ ਦੀ ਫੀਸ ਵਿੱਚ ਵਕਤ ਦੇ ਨਾਲ-ਨਾਲ ਘਾਟਾ ਵਾਧਾ ਹੁੰਦਾ ਰਹਿੰਦਾ ਹੈ ਤੇ ਹਤਮੀ ਗੱਲ ਚੈਂਬਰ ਦੇ ਦਫ਼ਤਰਾਂ ਤੋਂ ਹੀ ਪਤਾ ਲੱਗ ਸਕਦੀ ਹੈ ਮੈਂਬਰਸ਼ਿਪ ਫਾਰਮ ਮਿਲ ਜਾਉਣ ਤੋਂ ਬਾਅਦ ਅਸੀਂ ਐਫ ਬੀ ਆਰ ਦੇ ਦਫ਼ਤਰੋਂ ਆਪਣੀ ਕੰਪਨੀ ਦੇ ਨਾਂ ਤੇ ਐਨ ਟੀ ਐਨ ਯਾਨੀ ਨੈਸ਼ਨਲ ਟੈਕਸ ਨੰਬਰ ਅਲਾਟ ਕਰਵਾਉਣਾ ਪੈਂਦਾ ਹੈ ਇਹ ਰਜਿਸਟ੍ਰੇਸ਼ਨ ਆਨਲਾਈਨ ਵੀ ਅਪਲਾਈ ਕੀਤੀ ਜਾ ਸਕਦੀ ਹੈ ਤੇ ਕਿਸੇ ਇਨਕਮ ਟੈਕਸ ਦੇ ਵਕੀਲ ਰਾਹੀਂ ਵੀ ਹਾਸਲ ਕੀਤੀ ਕੀਤਾ ਜਾ ਸਕਦਾ ਹੈ ਹੁਣ ਅਸੀਂ ਆਪਣੀ ਮੈਂਬਰਸ਼ਿਪ ਫਾਰਮ ਤੇ ਨਾਲ ਇਹ ਫਾਰਮ ਲਾ ਕੇ ਆਪਣੀ ਫਾਈਲ ਤਿਆਰ ਕਰ ਲੈਂਦੇ ਹਾਂ ਜਿਹਦੇ ਕਾਗਜ਼ਾਤ ਇੰਜ ਨੇ ਨੰਬਰ 1 ਮੈਂਬਰਸ਼ਿਪ ਫਾਰਮ ਜਿਹੜਾ ਚੈਂਬਰ ਆਫ ਕਾਮਰਸ ਤੋਂ ਮਿਲਦਾ ਹੈ ਨੰਬਰ 2 ਕੰਪਨੀ ਦੇ ਨਾਂ ਦੀ ਅਪਰੂਵਲ ਵੀ ਚੈਂਬਰ ਆਫ ਕਾਮਰਸ ਤੋਂ ਦਿੱ ملتی ਹੈ ਨੰਬਰ 3 ਐਨਟੀਐਨ ਰਜਿਸਟ੍ਰੇਸ਼ਨ ਜਿਹੜੀ ਐਫ ਬੀਆਰ ਦੇ ਮਹਿਕਮੇ ਤੋਂ ਮਿਲਦੀ ਏ ਨੰਬਰ 4 ਕਾਮਿਸ਼ਨ ਆਟੀ ਕਾਰਡ ਦੀ ਨਕਲ ਜਿਹੜੀ ਨਾਦਰਾ ਆਫਿਸ ਤੋਂ ਮਿਲਦੀ ਏ ਤੇ ਨੰਬਰ 5 ਹਾਲੀਆ ਫੋਟੋ ਤੇ ਉਹ ਮੈਂਬਰਸ਼ਿਪ ਫੀਸ ਦੀ ਰਸੀਦ ਇਹ ਫਾਈਲ ਅਸੀਂ ਆਪਣੇ ਸ਼ਹਿਰ ਦੇ ਚੈਂਬਰ ਆਫ ਕਾਮਰਸ ਦੇ ਦਫਤਰ ਅਪਰੂਵਲ ਵਾਸਤੇ ਜਮ੍ਹਾਂ ਕਰਵਾ ਦਿੰਨੇ ਆ ਤੇ ਸਾਡੀ ਮੈਂਬਰਸ਼ਿਪ ਜਦੋਂ ਅਪਰੂਵ ਹੋ ਜਾਂਦੀ ਏ ਤਾਂ ਚੈਂਬਰ ਦਾ ਆਮਲਾ ਸਾਨੂੰ ਇੱਕ ਮੈਂਬਰਸ਼ਿਪ ਸਰਟੀਫਿਕੇਟ ਤੇ ਇੱਕ ਮੈਂਬਰਸ਼ਿਪ ਕਾਰਡ ਜਾਰੀ ਕਰ ਦਿੰਦਾ ਹੈ ਹੁਣ ਅਸੀਂ ਬਕਾਇਦਾ ਤੌਰ ਤੇ ਚੈਂਬਰ ਦੇ ਮੈਂਬਰ ਬਣ ਗਏ ਹਾਂ ਤੇ ਅਸੀਂ ਆਪਣਾ ਕੰਮ ਸਟਾਰਟ ਕਰ ਸਕਦੇ ਹਾਂ ਫਿਰ ਅਸੀਂ ਇਸ ਕੰਪਨੀ ਦੇ ਨਾਂ ਉਤੇ ਕਿਸੇ ਵੀ ਕੌਮੀ ਬੈਂਕ ਵਿੱਚ ਆਪਣਾ ਕਰੰਟ ਅਕਾਊਂਟ ਖੁਲਵਾ ਸਕਦੇ ਹਾਂ ਤੇ ਆਪਣੀ ਕੰਪਨੀ ਦੀ ਸਟੇਸ਼ਨਰੀ ਵੀ ਛਪਵਾ ਸਕਦੇ ਹਾਂ ਮਿੱਤਰ ਪਿਆਰਿਓ ਹੁਣ ਅਸੀਂ ਸਾਰੀ ਦੁਨੀਆ ਵਿੱਚ ਆਪਣਾ ਮਾਲ ਕਾਨੂੰਨੀ ਤੌਰ ਤੇ ਐਕਸਪੋਰਟ ਕਰਨ ਦੇ ਮਜਾਜ਼ ਦੋਸਤੋ ਗੱਲ ਈਰਾਨ ਨਾਲ ਤਜਾਰਤ ਤੇ ਐਕਸਪੋਰਟ ਦੀ ਹੋ ਰਹੀ ਹੈ ਈਰਾਨ ਦੇ ਨਾਲ ਸਾਡਾ ਜ਼ਮੀਨੀ ਬਾਰਡਰ ਮੌਜੂਦ ਹੈ ਤੇ ਅਸੀਂ ਆਪਣਾ ਮਾਲ ਜ਼ਮੀਨੀ ਰਸਤੇ ਤੋਂ ਕਿਵੇਂ ਬਾ ਆਸਾਨੀ ਐਕਸਪੋਰਟ ਕਰ ਸਕਦੇ ਹਾਂ ਇੱਥੇ ਗੱਲ ਅਜੇ ਮੁੱਕੀ ਨਹੀਂ ਅਸਲ ਗੱਲ ਤਾਂ ਹੁਣ ਸ਼ੁਰੂ ਹੋਈ ਹੈ ਜਿਸ ਨੂੰ ਤੁਸੀਂ ਬੜੇ ਗੌਰ ਨਾਲ ਸੁਣਨਾ ਤੇ ਸਮਝਣਾ ਸਾਡੇ ਨਾਲ ਜੁੜੇ ਰਹਿਣਾ ਤੇ ਨਵੇਂ ਆਉਣ ਵਾਲੇ ਮਿੱਤਰਾ ਜੇ ਹੁਣ ਤੀਕਰ ਸਾਡੇ ਚੈਨਲ ਪੀ ਐਫ ਜੀ ਨਿਊਜ਼ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਰਕੇ ਨਾਲ ਲੱਗੀ ਦੀ ਘੰਟੀ ਦੀ ਕਿੱਲੀ ਵੀ ਦਬ ਦੇਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਸੁਨੇਹਾ ਉਹਨਾਂ ਤੱਕ ਬਰਵਕਤ ਅਪੜ ਸਕੀ ਅਸੀਂ ਪਹਿਲਾ ਮرحله ਬੜੀ ਕਾਮਯਾਬੀ ਦੇ ਨਾਲ ਤੈਅ ਕਰ ਲਿਆ ਤੇ ਦੂਜਾ ਮرحله ਹੁਣ ਸ਼ੁਰੂ ਹੁੰਦਾ ਹੈ ਅਸੀਂ ਆਪਣਾ ਦਫ਼ਤਰ ਵੀ ਬਣਾ ਲਿੱਤਾ ਹੈ ਤੇ ایران ਨਾਲ تجارت ਕਰਨ ਵਾਸਤੇ ਗਾਕਾਂ ਨੂੰ ਵੀ ਤਲਾਸ਼ ਕਰ ਲਿਆ ਹੈ ਤੇ ਹੁਣ ਅਸੀਂ ਮਾਲ ਕਿਵੇਂ ਭਜਵਾਣਾ ਹੈ ਪਹਿਲਾ ਤਰੀਕਾ ਲੈਟਰ ਆਫ ਕ੍ਰੈਡਿਟ ਯਾਨੀ ਐਲਸੀ ਦੇ ਜ਼ਰੀਏ ਹੁੰਦਾ ਹੈ ਤੇ ਦੂਸਰਾ ਤਰੀਕਾ ਬਗੈਰ ਐਲਸੀ ਦੇ ਯਾਦ ਰੱਖਣਾ ਚਾਹੀਦਾ ਹੈ ਕਿ ایران ਦੇ ਨਾਲ ਐਲਸੀ ਦੇ ਉਤੇ تجارت ਨਹੀਂ ਹੋ ਰਹੀ ਕਿਉਂਕਿ ਅਮਰੀਕਾ ਦੀਆਂ پابੰਦੀਆਂ ਨੇ ਤੇ ਸਾਡਾ ਕੋਈ ਬੈਂਕ ਵੀ ਈਰਾਨ ਦੀ ਹਦੂਦ ਦੇ ਵਿੱਚ ਨਹੀਂ ਹੈਗਾ ਲਿਹਾਜ਼ਾ ਦੂਸਰਾ ਤਰੀਕਾ ਬਗੈਰ ਐਲਸੀ ਤੋਂ ਹੀ ਕੀਤਾ ਜਾਂਦਾ ਹੈ ਕਿਉਂਕਿ ਅਸੀਂ ਈਰਾਨ ਦੇ ਨਾਲ ਟ੍ਰੇਡ ਕਰਨਾ ਹੈ ਤੇ ਅਮਰੀਕੀ ਪਾਬੰਦੀਆਂ ਦੀ ਵਜ੍ਹਾ ਦੇ ਨਾਲ ਸਾਡਾ ਚੁੱਕੇ ਕੋਈ ਬੈਂਕ ਟ੍ਰਾਂਜੈਕਸ਼ਨ ਈਰਾਨ ਦੇ ਨਾਲ ਮੌਜੂਦ ਨਹੀਂ ਹੈਗੀ ਤੇ ਅਸੀਂ ਬਗੈਰ ਜਿਵੇਂ ਮੈਂ ਪਹਿਲੇ ਅਰਜ਼ ਕੀਤੀ ਕਿ ਹਮ ਬਗੈਰ ਅਸੀਂ ਬਗੈਰ ਐਲਸੀ ਦੇ ਈਰਾਨ ਦੇ ਨਾਲ ਕਾਰੋਬਾਰ ਕਰਾਂਗੇ 이란 ਵਿੱਚ مال ایکسپੋਰਟ ਕਰਨ ਦੇ 3 ਤਰੀਕੇ ਨੇ ਪਹਿਲਾ ਤਰੀਕਾ ਐਡਵਾਂਸ ਪੇਮੈਂਟ ਦਾ ਹੈ ਦੂਜਾ ਤਰੀਕਾ ਕ੍ਰੈਡਿਟ ਪੇਮੈਂਟ ਦਾ ਹੈ ਤੇ ਤੀਸਰਾ ਤਰੀਕਾ ਮੌਕੇ ਤੇ ਪੇਮੈਂਟ ਦਾ ਹੈ ਇਹ ਮਾਲ ਅਸੀਂ ਡ్రਾਈਪੋਰਟ ਤੋਂ ਜਾਂ ਆਪਣੇ ਕਾਰਗੋ ਦੇ ذریعے ਦੇ ਹਵਾਲੇ ਕਰਨੇ ਆ ਤੇ ਸਾਨੂੰ ਕਸਟਮ এজੰਟ तो कारगो एजेंट की लौड़ होंगी है मैं जिक्र कर दिया कि एलसी दे तीन इकसाम होंगे ने एफ ओ बी रेट यानी फ्रेट ऑन बोर्ड पोर्ट तक सी एन एफ कॉस्ट यानी कस्टम इंश्योरेंस एंड फ्रेट के तीजा सी एंड एफ यानी कॉस्ट कस्टम एंड फ्रेट 이란 ਦੇ ਨਾਲ ਅਸੀਂ ਇਹ ਜ਼ਬਾਨੀ ਹੋ ਆਪਣੇ ਗਾਕਾਂ ਦੇ ਨਾਲ ਤੈਅ ਕਰਨਿਆਂ ਕਿਉਂਕਿ ਮਾਲ 이란 ਦਾ ਅਸੀਂ ਆਪ ਲੈ ਕੇ ਜਾਣਿਆਂ ਲਿਹਾਜ਼ਾ ਇਹ ਤਿੰਨਾ ਦੇ ਉੱਥੇ ਬੈਠ ਕੇ ਡੀਲ ਹੁੰਦੀ ਏ ਜਦੋਂ ਅਸੀਂ ਮਾਲ ਨੂੰ ਵੇਚਨੇ ਆ ਅਸੀਂ ਆਪਣਾ ਮਾਲ ਕੋਰੀਅਰ ਦੇ ਜ਼ਰੀਏ ਤਫਤਾਨ ਬਾਰਡਰ ਤੇ ਪਹੁੰਚਾ ਦੇਾਂਗੇ ਜਿਹੜਾ ਕੋਇਟੇ ਦੇ ਰਸਤੇ 'ਚ ਜ਼ਮੀਨੀ ਰਸਤੇ 'ਚ ਈਰਾਨ ਦੇ ਨਾਲ ਸਾਡਾ ਬਾਰਡਰ ਹੈ ਉੱਥੇ ਪਹੁੰਚਣ ਤੋਂ ਬਾਅਦ ਸਾਡੇ ਕਸਟਮ ਤੇ ਕਾਰਗੋ ਏਜੰਟ ਜਿਹੜੇ ਨੇ ਉਹ ਸਾਡੀ ਮਦਦ ਕਰਦੇ ਨੇ ਤੇ ਫਿਰ ਅੱਗੇ ਉਹ ਕੋਰੀਅਰ ਦੇ ਜ਼ਰੀਏ ਤਹਿਰਾਨ ਪਹੁੰਚਾ ਦਿੰਦੇ ਨੇ ਤੇ ਅਸੀਂ ਆਪਣਾ ਮਾਲ ਤਹਿਰਾਨ ਤੋਂ ਵਸੂਲ ਕਰ ਲੈਂਦੇ ਹਾਂ ਦੋਸਤੋ ਇੱਕ ਬੜੀ ਵੱਡੀ ਅਪਡੇਟਸ ਹੈ कि जिस पोर्ट तो असी माल भेजा या जिस रहद तो जिस बॉडर तो असी माल भेजा उस तो पहले सानू वी बॉक के रजिस्ट्रेशन करनी नहाय जरूरी है ये एक सरकारी दफ्तर है ये रजिस्ट्रेशन होनी साड़ी कंपनी दी बहुत जरूरी है और ये लाजमी है असी कई बारी ਆਪਣੇ ਮਾਲ ਨੂੰ ਸੈਂਪਲ ਦੇ ਤੌਰ ਤੇ ਡਿਕਲੇਅਰ ਕਰਨਿਆਂ ਤੇ ਜਿਹਦੇ ਉੱਤੇ ਕੋਈ ਕਸਟਮ ਨਹੀਂ ਲੱਗਦਾ ਤੇ ਸ਼ਿਪਮੈਂਟ ਨਾਟ ਅਲਾਉਡ ਹੁੰਦੀ ਏ 10 ਕਿਜੀ ਤੱਕ ਦੀ ਸ਼ਿਪਮੈਂਟ ਨਾਟ ਅਲਾਉਡ ਹੁੰਦੀ ਏ ਜਸਟ ਸੈਂਪਲ ਦੇ ਤੌਰ ਤੇ ਗਿਣੀ ਜਾਂਦੀ ਏ ਇਹਦੇ ਉੱਤੇ ਨਾ ਕੋਈ ਕਸਟਮ ਲੱਗਦਾ ਤੇ ਨਾ ਕੋਈ ਅਦਰ ਡਿਊਟੀਆਂ ਲੱਗਦੀਆਂ ਇਹ ਫਰੀ ਆਫ ਕਾਸਟ ਹੋ ਜਾਂਦੀ ਏ ਜਿੰਨੂੰ ਸਾਡਾ ਕਸਟਮ ਏਜੰਟ ਤੇ ਸਾਡਾ ਕਾਰਗੋ ਵਾਲਾ ਉਥੇ ਪਹੁੰਚਾ ਕੇ ਤੇ ਕਲੀਅਰ ਕਰਵਾ ਲੇ ਵੀ ਬੌਕ ਸਰਕਾਰੀ ਏਡਾਰਾ ਹੈ ਜਿਵੇਂ ਮੈਂ ਪਹਿਲੇ ਅਰਜ਼ ਕੀਤੀ ਹੈ ਕਿ ਇਹਦੀ ਰਜਿਸਟ੍ਰੇਸ਼ਨ ਦੀ ਫੀਸ ਤਕਰੀਬਨ 5000 ਰੁਪਇਆ ਹੈ ਉਹ ਸਾਡੇ ਹਕੂਕ ਦੀ ਹਿਫਾਜ਼ਤ ਕਰਦੀ ਹੈ ਤੇ ਸਾਨੂੰ ਬਾਰਡਰ ਜਾਂ ਉਹ ਪੋਰਟ ਦੇ ਵਿੱਚ ਫੈਸਿਲਿਟੇਟ ਕਰਦੀ ਹੈ ਗੱਲਾਂ ਬੜੀਆਂ ਤਸ਼ਨਗੀ ਤੇ ਉੱਤੇ ਨੇ ਬੜੀਆਂ ਰਹਿ ਗਈਆਂ ਨੇ ਤੇ ਉਹ ਇਨਸ਼ਾਅੱਲਾ ਮੈਂ ਆਇਂਦਾ ਤੁਹਾਡੇ ਨਾਲ ਜ਼ਿਕਰ ਕਰਾਂਗਾ ਫਿਲਹਾਲ ਸਾਡਾ ਮਾਲ ਅਸੀਂ ਪੈਕਿੰਗ ਕਰਕੇ ਅਸੀਂ 카ਰਗੋ ਦੇ ਹਵਾਲੇ ਕਰ ਦਿੱਤਾ ਹੈ ਤੇ ਸਾਡਾ 카ਰਗੋ ਏਜੰਟ ਉਸ ਨੂੰ ਸਾਡੇ ਫੈਕਟਰੀ ਤੋਂ ਜਾਂ ਸਾਡੀ ਪ੍ਰੀਮਿਸਿਸ ਤੋਂ ਲੈ ਕੇ ਤੇ ਬਾਰਡਰ ਤੱਕ ਪਹੁੰਚਾਉਂਦਾ ਹੈ ਫਿਰ ਅੱਗੇ ਉਹ ਕਸਟਮ ਏਜੰਟ ਨੂੰ ਦੇ ਹਵਾਲੇ ਕਰਦਾ ਹੈ ਉਹ ਉਸ ਦੇ ਕਾਗਜ਼ਾਤ ਕਲੀਅਰ ਕਰਕੇ ਈਰਾਨ ਦੇ ਉਹਨਾਂ ਦੇ ਹਵਾਲੇ ਕਰਦੇ ਨੇ ਕਾਰਗੋ ਦੇ ਤੇ ਕਾਰਗੋ ਉਹਨਾਂ ਨੂੰ ਤਹਿਰਾਨ ਲੈ ਜਾਂਦਾ ਤੁਹਾਨੂੰ ਇਸ سلسلے ਦੇ ਵਿੱਚ ਕਿਤੇ ਵੀ ਮਾਲ ਦੇ ਨਾਲ ਨਹੀਂ ਰਹਿਣਾ ਪੈਂਦਾ ਤੁਸੀਂ ਆਪਣੇ ਤੌਰ ਦੇ ਉੱਤੇ ਤਹਿਰਾਨ ਟਰੈਵਲ ਕਰਦੇ ਹੋ ਤਹਿਰਾਨ ਪਹੁੰਚਣ ਤੋਂ ਬਾਅਦ ਜੇ ਤੁਹਾਡਾ ਮਾਲ ਇਹ ਤਕਰੀਬਨ ਇਹਦੀ ਡਿਊਰੇਸ਼ਨ 20-25 ਦਿਨ ਹੁੰਦੀ ਹੈ ਐ ਵੀ 25 ਦਿਨ ਦੇ ਵਿੱਚ ਤੁਹਾਡਾ ਮਾਲ ਕਲੀਅਰ ਹੋ ਕੇ ਤਹਿਰਾਨ ਉਸ ਕਾਰਗੋ ਦੇ ਦਫਤਰ ਪਹੁੰਚ ਜਾਂਦਾ ਉਹਦੇ ਗਡਾਉਨ ਚ ਪਹੁੰਚ ਜਾਂਦਾ ਤੁਸੀਂ ਉਥੇ ਗਡਾਉਨ ਦੇ ਵਿੱਚ ਆਪਣਾ ਮਾਲ ਕਲੀਅਰ ਕਰ ਲੈਂਦੇ ਹੋ ਕਲੀਅਰ ਕਰਾ ਕੇ ਜਾਂ ਉਥੋਂ ਸੈਂਪਲ ਲੈ ਕੇ ਤੇ ਤੁਸੀਂ ਉਸ ਮਾਰਕੀਟ ਦੇ ਵਿੱਚ ਜਾ ਕੇ ਆਪਣੇ ਮਾਲ ਨੂੰ ਸੇਲ ਕਰਦੇ ਹੋ वो तनजेंट ग याद रखिया जाए कि ये पाकिस्तान तो लैके तहरान तक का तमाम खर्चा थानू तो अदा करना पैंदा है क्योंकि तो माल है पार्टी थोड़े तो नाल जी के वह बर रास्त नहीं पहले डीलिंग है चूँकि एल सी का नहीं सिस्टम हैगा लिहाजा ए कोई तकरीबन ती हज़ार तो पैंती हज़ार रुपये का खर्चा आंद जे तो प्रॉफिट के मुताबिक ना ही चलता है। मैं उम्मीद रखना કે તانو એ વિડિયો પસંદ આવી હોઈ ગઈ ઓર જે અગર પસંદ આવે તે ਸਾਡੇ ચેનલ ਨੂੰ સબસ્ક્રાઇબ જરૂર કર દેના હણ મઝરુલ્લા કુરૈશી ન ઈજાઝત દેઓ અલ્લા નગેદા